بسم اللہ الرحمن الرحیم السلام علیکم دوستو میں ਤੁਹਾਡਾ دوست ਵਿਸਰ ਗਾਣਾ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਟਰੈਕਟਰਸ ورلڈ ਰੋਜ਼ਾਨਾ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਦੇ ਨਾਲ حاضر ਹਾਂ ਜਿਸ ਦੇ ਵਿੱਚ ਤੁਹਾਨੂੰ ਟਰੈਕਟਰ ਵਿਖਾਵਾਂਗੇ Massey DOS 401984 ਮਾਡਲ ਇਸ ਦੀ ਮੁਕੰਮਲ تفصیلات ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤੋਂ ਪਹਿਲੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੇ ਦਿੱਤੇ ਗਏ ਬੈਲ ਦੇ ਨਿਸ਼ਾਨ ਨੂੰ ਦਬਾ ਲਓ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਾਸਾਨੀ ਪਹੁੰਚ ਸਕੇ ਤੇ ਲਾਈਕ ਤੇ ਕਮੈਂਟ ਲਾਜ਼ਮੀ ਕਰਨਾ ਹੈ ਵੀਡੀਓ ਨੂੰ ਇਸ ਨਾਲ ਸਾਡੀ ਹੌਸਲਾ ਫਜ਼ਾਈ ਹੋ ਜਾਂਦੀ ਹੈ ਕਮੈਂਟ ਵਿੱਚ ਲਾਜ਼ਮੀ ਦੱਸਣਾ ਅਗਰ ਕੋਈ ਵੀਡੀਓ ਦੇ ਵਿੱਚ ਮਿਸਟੇਕ ਹੋਵੇ ਤੇ ਅਸੀਂ ਉਹ ਆਉਣ ਵਾਲੀ ਵੀਡੀਓ ਦੇ ਵਿੱਚ ਦੂਰ ਕਰ ਸਕੀਏ ਜਿਸ دوست ਆਪਣਾ ਟਰੈਕਟਰ ਸੇਲ ਕਰਨਾ ਹੋਵੇ ਜਾਂ ਟਰੈਕਟਰ ਦੇ ਮੁਤਲਕ ਕੋਈ ਹੋਰ ਸੇਲ ਕਰਨਾ ਹੋਵੇ ਸਾਨੂੰ ਵੀਡੀਓ WhatsApp ਕਰ ਸਕਦਾ ਜਾਂ ਤਸਵੀਰਾਂ ਭੇਜ ਸਕਦਾ ਇਨਸ਼ਾਅੱਲਾ ਤੁਹਾਡੀ ਜੋ ਵੀ ਚੀਜ਼ ਹੈ ਟਰੈਕਟਰ ਜਾਂ ਟਰੈਕਟਰ ਦੇ ਮੁਤਲਕ ਹੋਰ ਸੇਲ ਕਰਵਾ ਦੇਾਂਗੇ ਤੇ ਵੀਡੀਓ ਬਣਾਉਣ ਵਾਸਤੇ ਮੋਬਾਈਲ ਨੂੰ ਟੇਡਾ ਕਰ ਲੈਣਾ ਸਿੱਧਾ ਖਲੇ ਮੋਬਾਈਲ ਨਾਲ ਨਹੀਂ ਬਣਾਣੀ ਵੱਖੀ ਪਰਨੇ ਰੱਖ ਕੇ ਮੋਬਾਈਲ ਵੀਡੀਓ ਬਣਾਣੀ ਹੈ ਤੇ ਨੰਬਰ ਸਾਡਾ ਜਿਹੜਾ WhatsApp 0345 7612778 ਇਹ ਸਾਡਾ ਨੰਬਰ ਹੈ ਇਸ ਤੇ ਤੁਸੀਂ ਵੀਡੀਓ WhatsApp ਕਰ ਸਕਦੇ ਹੋ ਜਾਂ ਤਸਵੀਰਾਂ ਭੇਜ ਸਕਦੇ ਹੋ ਕਿਹਾਓ ਦੋਸਤੋ ਤੁਹਾਨੂੰ ਟਰੈਕਟਰ ਦੀ ਮੁਕਮਲ ਇਨਫੋਰਮੇਸ਼ਨ ਦਿੰਨੇ ਆ ਜੀ ਦੋਸਤੋ ਤੁਹਾਡੇ ਵਾਸਤੇ ਅੱਜ ਇੱਕ ਬਹੁਤ ਹੀ ਖੂਬਸੂਰਤ ਗੱਡੀ ਲੈ ਕੇ ਹਾਜ਼ਰ ਹੋਏ ਆ ਗੱਡੀ ਹੈ ਜੀ 1984 ਮਾਡਲ Massey 240 ਆਪਣੇ ਮਾਡਲ ਦੀ ਬਾਦਸ਼ਾਹ ਗੱਡੀ ਆਪਣੇ ਦੌਰ ਦੀ ਬਾਦਸ਼ਾਹ ਗੱਡੀ ਤੇ ਇਸ ਦੌਰ ਦੀ ਵੀ ਬਾਦਸ਼ਾਹ ਗੱਡੀ ਹੈ ਇਹਨੂੰ ਲੋਕੀ ਲੱਭਦੇ ਫਿਰਦੇ ਨੇ ਕਿ ਲੱਭ ਜਾਏ ਤੇ ਅੱਜ ਦੋਸਤਾਂ ਵਾਸਤੇ ਲੈ ਕੇ ਆਦਰ ਹੋਏ ਆਂ ਬਹੁਤ ਹੀ ਖੂਬਸੂਰਤ ਗਾੜੀ ਹੈ ਵੇਖ ਸਕਦੇ ਹੋ ਤੁਸੀਂ ਬਿਲਕੁਲ ਜੈਨੂਨ ਜੈਨੂਨ ਖੜੀ ਮਡਗੜ ਜੈਨੂਨ ਸੀਟ ਲੱਗੀ ਹੈ ਮਡਗੜਾਂ ਤੇ ਬਹੁਤ ਖੂਬਸੂਰਤ ਕਲਰ ਆਪਣਾ ਜਿਹੜਾ ਜੈਨੂਨ ਹੈ ਉਸ ਦਾ ਟਾਇਰ ਜਿਹੜੇ ਨੇ ਇਹਦੇ ਚਾਰੋਂ ਨਵੇਂ ਨੇ ਰਹਿਮੇ ਦੇ ਸਿਰਫ ਸ਼ਾਵਰ ਹੋ ਨੇ ਬਾਕੀ ਕੋਈ ਚੀਜ਼ ਕਿਸੇ ਕਿਸਮ ਦਾ ਕੋਈ ਮਸਲਾ ਮਤਾਇ ਨਹੀਂ ਪਿਛਲੇ ਇਸ ਦਾ ਰਿਵਿਊ ਹੀ ਵੇਖ ਰਹੇ ਹੋ ਤੁਸੀਂ ਮਾਸ਼ਾਅੱਲਾ ਆਪਣਾ ਜੈਨੂਨ ਕਲਰ ਬਹੁਤ ਹੀ ਪਿਆਰੇ ਕਲਰ ਵਿੱਚ ਖੜੀ ਹੈ ਡਿਮਾਂਡ ਵੀ ਇਸ ਦੀ ਮناسب ਹੈ ਹੋਈ ਵੀਡੀਓ ਤੁਹਾਨੂੰ ਦੱਸਾਂਗੇ ਤੇ ਲੈਂਕਾਂ ਜਿਹੜੀਆਂ ਨੇ ਲੈਂਕਾਂ ਵੇਖ ਸਕਦੇ ਹੋ ਬਿਲਕੁਲ ਜੈਨੂਨ ਨੇ ਲੈਂਕਾਂ ਦੀਆਂ ਗੋਲੀਆਂ ਵੀ ਜੈਨੂਨ ਨੇ ਅਜੇ ਤੱਕ ਅਗਲੀਆਂ ਪਿਛਲੀਆਂ ਗੋਲੀਆਂ ਵੀ ਲੈਂਕਾਂ ਦੀਆਂ ਜੈਨੂਨ ਨੇ ਬਾਕੀ ਮੜਗਾੜ ਅੰਦਰ ਅਲੂ ਚੈੱਕ ਕਰ ਸਕਦੇ ਹੋ ਬੜੇ ਖੂਬਸੂਰਤ ਮੜਗਾੜ ਪੈ ਨੇ ਫੁੱਲ ਆਪਣੀ ਜੈਨੂਨ ਹਾਲਤ ਚ ਟਾਇਰ ਨਵੇਂ ਪਾਏ ਗਏ ਨੇ ਰੇਮੇ ਦੇ ਸ਼ਾਵਰ ਹੋਏ ਨੇ ਉਹ ਜਿਹੜੀ ਆ ਉਹ ਵੀ ਆਪਣਾ ਜੈਨੂਨ ਕਲਰ ਚ ਪਈ ਆ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਤੇ ਪਿਆਰਾ ਕਲਰ ਪਿਆ ਟਾਂਬੇ ਟਾਪੇ ਦਾ ਹਾਂਡੇ ਦਾ ਕਲਰ ਚੈੱਕ ਕਰ ਲੋ ਆਪਣੀ ਜੈਨੂਨ ਵਾਲਾ ਤੇ ਚ ਅਸੈਂਬਲੀ ਲੱਗੀ ਇਹਨੂੰ ਛੋਟੀ ਜੀ ਜੈਕ ਵਾਲੀ ਟਰਾਲੀ ਪਾਈ ਆ ਇਹਨਾਂ ਨੇ ਟਰਾਲੀ ਜੈਕ ਵਾਲੀ ਛੋਟੀ ਜੀ ਪਾਈ ਆ ਇਹਨਾਂ ਆਪਣੀ ਉਹ ਚਲਾਂਦੇ ਨੇ ਯਾਨੀ ਕਿ ਪਠਿਆਂ ਪੁੱਠਿਆਂ ਵਾਸਤੇ ਇਹ ਜੋ ਵੀ ਲੈ ਕੇ ਆਂਦੇ ਨੇ ਥੋੜੀ ਬਹੁਤ ਚੀਜ਼ ਜ਼ਿੰਮੇਦਾਰੀ ਤੇ ਵੀ ਆ ਥੋੜੇ ਜਿਹੀ ਜ਼ਿੰਮੇਦਾਰੀ ਤੇ ਟਰੈਕਟਰ ਹੈ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਟਰੈਕਟਰ ਹੈ ਤੇ ਇੰਜਣ ਜਿਹੜਾ ਹੈ ਮਾਲਕਾਂ ਨੇ ਕਰਾ ਕੇ ਖੜਾਇਆ ਦਾ तकरीबन 3-4 ਮਹੀਨਾ ਪਹਿਲੇ ਬਹੁਤ ਖੂਬਸੂਰਤ ਆਵਾਜ਼ਾਂ ਸਟੋਕਾਂ ਦੇ ਵਿੱਚ ਆ ਗੱਡੀ ਵੇਖ ਸਕਦੇ ਹੋ ਅਗਲੇ ਟਾਇਰ ਵੀ ਨਵੇਂ ਡਾਲੇ ਗਏ ਨੇ ਅਗਲਾ ਲੋਕ ਵੀ ਵੇਖ ਸਕਦੇ ਹੋ ਤੁਸੀਂ ਸਾਰੇ ਸ਼ੋਅ ਦਾ ਕਲਰ ਵੀ ਤੁਹਾਡੇ ਸਾਹਮਣੇ ਆ ਰਿਹਾ ਮਾੜਾ ਜਿਹਾ ਬੰਪਰ ਵੀ ਇਲਾਕੇ ਦੇ ਸਟਾਈਲ ਦਾ ਲੱਗਾ ਹੈ ਜਿਹੜਾ ਇਲਾਕਾ ਹੈ ਉਸ ਦਾ ਬਾਕੀ ਅੰਦਰ ਦੀ ਕੰਡੀਸ਼ਨ ਜਿਹੜੀ ਹੈ ਉਹ ਵੀ ਤੁਹਾਨੂੰ ਮੁਕੰਮਲ ਦੱਸਾਂਗੇ ਕਲੋਂ ਚੇ ਸਿੱਧਾ ਚੈਮਰ ਦਾ ਹਿੱਸੇ ਦਾ ਬਿਲਕੁਲ ਬਿਦਾਗ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਪਤਰੀ ਵੇਖ ਸਕਦੇ ਹੋ ਪਰਕਨ ਵਾਲੀ ਐਂ ਜਿਵੇਂ ਹੋਣ ਕਿਸੇ ਨੇ ਲਾਈ ਹੋਵੇ ਨਵੀਂ ਪਤਰੀ ਹੈ ਆ ਕਲਰ ਚੈੱਕ ਕਰ ਸਕਦੇ ਹੋ ਆਪਣਾ ਜੈਨੂਨ ਕਲਰ ਇਸ ਦਾ ਮਾਸ਼ਾਅੱਲਾ ਬੜੀ ਪਿਆਰੀ ਲੋਕੇਚਾ ਟਰੈਕਟਰ ਬੜਾ ਸੋਹਣਾ ਟਰੈਕਟਰ ਹੈ ਤੇ ਜਿਸ دوست ਨੂੰ ਚਾਹੀਦਾ ਹੋਵੇ ਉਹ ਨੰਬਰ ਵੀ ਵਿੱਚ ਵੀਡੀਓ ਦੇ ਆ ਜਾਂਦਾ ਹੈ ਉਸ ਤੇ ਤੁਸੀਂ ਰਾਬਤਾ ਕਰਨਾ ਹੈ ਬਾਕੀ ਮੁਕੰਮਲ ਵੀਡੀਓ ਵੇਖਣੀ ਹੈ ਇਸ ਦੇ ਵਿੱਚ ਕਾਫੀ ਸਾਰੀਆਂ ਡਿਟੇਲ ਇਸ ਦੀਆਂ ਮਿਲਣਗੀਆਂ ਤੁਹਾਨੂੰ ਟੈਂਕੀ ਦਾ ਢੱਕਣ ਅੱਗੇ ਢੱਕਣ ਜਿਹੜਾ ਰੈਡੀਏਟਰ ਦਾ ਬਿਲਕੁਲ ਮੁਕੰਮਲ ਜੈਨੂਨ ਹਾਲਤ ਵਿੱਚ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹਿੱਸਾ ਸਟੀਰਿੰਗ ਸਭ ਬਿਲਕੁਲ ਫਿੱਟ ਪਿਆ ਇੰਜਨ ਬਿਲਕੁਲ ਫਿੱਟ ਪਿਆ ਪੰਪ ਨੌਦਲਾਂ ਟਾਇਰਟ ਨੇ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹੈ ਪੰਪ ਦੀ ਲੋਕ ਵੀ ਤੁਹਾਨੂੰ ਵਿਖਾਣੇ ਆ ਵੇਖ ਸਕਦੇ ਹੋ ਪੰਪ ਡੀਜ਼ਲ ਤੇ ਬਾਕੀ ਜਿਹੜਾ ਕਲਰ ਹੈ ਇਸ ਦਾ ਕਲਰ ਤੇ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ ਬੈਟਰੀ ਇਹਦੇ ਰੱਖੀ ਹੈ ਸੈਲਫ ਸਟਾਰਟ ਟਰੈਕਟਰ ਹੈ ਚੈਸੀ ਚੈਮਰ ਹੈਡ ਬਲਾਕ ਕਿਸੇ ਕਿਸਮ ਦਾ ਕੋਈ ਮਸਲਾ ਮਸਾਇਲ ਨਹੀਂ ਹੈ ਸੀਟ ਲੱਗੀ ਐ ਨੂੰ ਓਕ ਵੀ ਲੱਗੀ ਐ ਪਿੱਛੇ ਓਕ ਵੀ ਨਾਲ ਹੀ ਮਿਲੇਗੀ ਸੀਟ ਵੀ ਨਾਲ ਮਿਲੇਗੀ ਤੇ ਬਾਕੀ ਜਿਹੜਾ ਹੈ ਟਰੈਕਟਰ ਤੁਹਾਡੇ ਸਾਹਮਣੇ ਆ ਫੁੱਲ ਜੈਨੂਨਾਂ ਦਾ ਲੱਚਾ ਮਾਸ਼ਾਅੱਲਾ ਸਲੰਸਰ ਵੀ ਇਸ ਨੂੰ ਜੈਨੂਨ ਹੀ ਲੱਗਾ ਹੈ ਅਜੇ ਤੱਕ ਏ ਬਾਈ ਹੋਰਾਂ ਦੇ ਵਾਲਦ ਸਾਹਿਬ ਦੇ ਨਾਂ ਹੈ ਜਿਨ੍ਹਾਂ ਕੋਲ ਗੱਡੀ ਖੜੀ ਹੈ ਤੇ ਉਹ ਵੇਚਣਾ ਚਾਹੁੰਦੇ ਨੇ ਮਾਲਕਾਂ ਜਿਨ੍ਹਾਂ ਨੇ ਯਾਨੀ ਕਿ ਕਢਾਈ ਸੀ ਉਹਨਾਂ ਦੇ ਘਾਰੀ ਖੜੀ ਹੈ ਇੱਕ ਮਾਲਕ ਜਿਨ੍ਹਾਂ ਕਢਾਈ ਸੀ ਉਹ ਵਿਚਾਰੇ ਯਾਨੀ ਕਿ ਨਾ ਵੇਚਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਹੈ ਪੈਸਿਆਂ ਦੀ ਜ਼ਰੂਰਤ ਜੋ ਵੀ ਹੈ ਉਹ ਟਰੈਕਟਰ ਹੋਰ ਮਾਡਲ ਲੈਣਾ ਚਾਹੁੰਦੇ ਨੇ ਬਹੁਤ ਹੀ ਖੂਬਸੂਰਤ ਤੇ ਪਿਆਰੀ ਗੱਡੀ ਹੈ ਦੇਖ ਸਕਦੇ ਹੋ ਤੁਸੀਂ WhatsApp ਨੰਬਰ ਵੀ ਆ ਗਿਆ ਬਾਈ ਉਹਨਾਂ ਦਾ ਇਹਦੇ ਤੋਂ ਤੁਸੀਂ رابطہ ਕਰਨਾ ਹੈ 사우ਦੀਆ ਰਹਾਂਦੇ ਨੇ ਉਹਨਾਂ ਨਾਲ ਹੀ ਤੁਸੀਂ رابطہ ਕਰਨਾ ਹੈ ਬਾਕੀ ਇਸ ਦੀ ਜਿਹੜੀ ਡਿਮਾਂਡ ਹੈ ਤੇ ਲੋਕੇਸ਼ਨ ਤੇ ਅੰਦਰ ਦੀ ਕੰਡੀਸ਼ਨ ਉਹ ਵੀ ਤੁਹਾਨੂੰ ਦੱਸਨੇ ਆ। ਇਹ ਜੀ ਇਹਦੀ ਜਿਹੜੀ ਲੋਕੇਸ਼ਨ ਉਹ ਹੈ ਜੀ ਕੇਪੀਕੇ ਸਵਾਬੀ ਉੱਥੇ ਖੜਾ ਹੈ ਸ਼ਹਿਰ ਸਵਾਬੀ ਦੀ ਇਹਦੀ ਲੋਕੇਸ਼ਨ ਕੇਪੀਕੇ ਖੈਬਰ ਪਖਤੂਨਖਾ ਦੇ ਉੱਥੋਂ ਦੇ ਭਾਈ ਕਿਸੇ ਨੂੰ ਜ਼ਰੂਰਤ ਹੋਵੇ ਤਰਾਬਤਾ ਕਰ ਸਕਦਾ। ਅੰਦਰੋਂ ਬਿਲਕੁਲ ਵਲੈਤੀ ਇਹ ਖੋਲ ਕੇ ਚੈੱਕ ਕਰਾ ਕੇ ਦੇਣਗੇ ਕਿਸੇ ਕਿਸਮ ਦੀ ਕੋਈ ਗੱਡੀ ਹੰਡੇ ਨੱਕੇ ਦੀ ਸਾਫ ਵਲੈਤੀ ਵਲੈਤੀ ਅੱਗੋਂ ਪਿੱਛੋਂ ਜੈਨ ਮੰਜਨ ਤੇ ਜਿਹੜੀ ਇਹਦੀ ਡਿਮਾਂਡ ਆ ਬਹੁਤ ਹੀ ਮناسبਾ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਦੇ ਹਿਸਾਬ ਨਾਲ 10 ਲੱਖ ਰੁਪਏ ਡਿਮਾਂਡ ਕਰ ਰਹੇ ਨੇ ਮਾਲਕ ਜਿਸ ਦੋਸਤ ਨੂੰ ਚਾਹੀਦਾ ਹੋਵੇ ਨੰਬਰ ਤਾਂ ਮੌਜੂਦ ਹੈ ਉਹ رابطہ ਕਰ ਸਕਦੇ ਨੇ ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਆਉਣ ਵਾਲੀ ਵੀਡੀਓ ਤੱਕ ਸਾਡਾ ਇੰਤਜ਼ਾਰ ਰੱਖੋ ਸ਼ੁਕਰੀਆ